ਅਸਲਾਮੁਅਲੈਕੁਮ ਵੈਲਕਮ ਬੈਕ ਜਨਾਬ ਹਾਂਜੀ ਜਣੇ ਦੇ ਪੁੱਤਰੋ ਕੀ ਹਾਲ ਚੱਲ ਠੀਕ ਹੋ ਤਾਂ ਬੇਸੇ ਠੀਕ ਹੈ ਜਨਾਬ ਅੱਜ ਦਾ ਆਪਣਾ ਵਲੌਗ ਤੋਂ ਛੋਟੀ ਜਿਹੀ ਵੀਡੀਓ ਹੈ ਪੰਜਾਬੀ ਦੇ ਵਿੱਚ ਤੇ ਆਪਾਂ ਕੋਈ ਰੈਗੂਲਰ ਵਲੌਗ ਨਹੀਂ ਬਣਾਉਣ ਲਈ ਮਤਲਬ ਕੋ 4-5 ਘੰਟੇ ਵੀਡੀਓ ਚਲਾਵਣੀ ਛੋਟੇ ਛੋਟੇ ਕਲਿੱਪ ਉਹ ਨਹੀਂ ਸਿਰਫ ਇੱਕ ਟੌਪਿਕ ਵਾਈਜ਼ ਗੱਲ ਕਰਨ ਵਾਲਾ ਮੈਂ ਅੱਜ ਤੁਹਾਡੇ ਨਾਲ ਕਿ ਜਨਾਬ ਆਪਣਾ ਪਾਕਿਸਤਾਨ ਦਾ ਜਿਹੜਾ ਸੋਸ਼ਲ ਮੀਡੀਆ ਨਾ ਗੱਲ ਅੱਜ ਮੈਂ ਇਹਦੇ ਬਾਰੇ ਕਰੂੰਗਾ ਹੁਣ ਇਹ ਦੋ ਤੁਸੀਂ ਚੈੱਕ ਕਰਸੋ ਜਿਹੜੀ ਮੈਂ ਗਾਲ ਤੁਹਾਨੂੰ ਸਮਝਾਉਣੀ ਹੈ ਹੁਣ ਬਈ ਇਹ ਦੋ ਪੀਐਸਐਲ ਮੈਚ ਉਹਦੇ KFC ਵਾਲਿਆਂ ਨੂੰ ਇਦੋਂ ਜਨਾਬ ਗਾਜ਼ਾ ਤਬਾਹ ਹੋ ਰਿਹਾ ਸਾਰਾ ਫਲਸਤੀਨੀ ਮਾਰ ਰਹੇ ਰੋਲ ਰਹੇ ਅਰਬ ਦੇ ਕੰਟਰੀਆਂ ਵਾਲਿਆਂ ਨੂੰ ਪੁਕਾਰ ਸੋਸ਼ਲ ਮੀਡੀਆ ਤੇ ਵਾਹ ਮਜਾ ਆਲੇ ਪਹਿਲੇ ਇੱਕ ਦੋ ਵਾਰੀ ਆਵਾਜ਼ ਜਾਈ ਨਾ ਮੈਂ ਵੀ ਵੀਡੀਓ ਬਣਾਈ ਨਾ ਖੋਦ ਬਣਾਇਆ ਤੇ ਉਸ ਤੋਂ ਬਾਅਦ ਸੋਮ ਹੋ ਗਿਆ ਹਰਸ਼ਾ ਹਰਸ਼ਾ ਸਾਂ ਗਈ ਹੁਣ ਜੰਗ ਰੁੱਕ ਕੇ ਕੋਈ ਨਹੀਂ ਜੰਗ ਉਹਨੇ ਸ਼ੁਰੂ ਹੋਏ ਉਹਨੇ ਤਬਾਹੀ ਹੋ ਰਹੀ ਹੈ ਮੁਸਲਮਾਨ ਬੱਚੇ ਮਾਰ ਰਹੇ ਵੁਰੇ ਮਾਰਨ ਸਾਇਆ ਆਵਾਮ ਤਬਾਹ ਹੋ ਰਹੀ ਹੈ ਚਲੋ ਪੀਐਸ ਲੈ ਤਾਂ ਜਿਹੜਾ ਨਾ ਦਿੱਤੀ ਹੈ ਸਪਾਂਸਰਸ਼ਿਪ ਕੇਐਫਸੀ ਨੂੰ ਤਬਾਕੀ ਜਿਹੜਾ ਸਾਡਾ ਆਵਾਮ ਦਾ ਹੱਕ ਬਣਦਾ ਹੈ ਨਾ ਕੋਈ ਇਸ ਤਰ੍ਹਾਂ ਨਾ ਹੈ ਹੁਣ ਸਾਰੀ ਆਵਾਮ ਪੀਐਸ ਲਈ ਲੱਗੀ ਪਈ ਹੈ ਕੋਈ ਪ੍ਰੋਗਰਾਮ ਨੂੰ ਚਲਾ ਰਿਹਾ ਹੈ ਕੋਈ ਜਨਾਬ ਇਲੈਕਸ਼ਨ ਹੈ ਲੜ ਰਿਹਾ ਹੈ ਕੋਈ ਕਿਸੇ ਦੀ ਪੋਸਟ ਦੇ ਖਿਲਾਫ ਵੀਡੀਓ ਬਣਾ ਰਿਹਾ ਹੈ ਕੋਈ ਕਿਸੇ ਪੀਰ ਨੂੰ ਜਨਾਬ ਚਾ ਕੇ ਲਤਾੜ ਕੇ ਤੇ ਵਾਇਰਲ ਹੋ ਰਿਹਾ ਹੈ ਤੇ ਕੋਈ ਦਾਦਾ ਦੀਆਂ ਪੋਤਰੀਆਂ ਨੂੰ ਤੇ ਮਾਹ ਬੁਖਾਰੀ ਨੂੰ ਚਾ ਕੇ ਕਿਦਾਂ ਲਾ ਜਾ ਰਿਹਾ ਹੈ ਤੇ ਕੋਈ ਜਾਸਾ ਯੂਟਿਊਬਰ ਨੇ ਜਿਹੜੇ ਹੁਣ ਇੰਟਰਵਿਊ ਲੈ ਰਹੇ ਨੇ ਇੰਟਰਵਿਊ ਕਿਸ ਟੈਪ ਦੇਣ ਭਾਈ ਕੋਈ ਚੰਗੀ ਗੱਲ ਨਹੀਂ ਕੋਈ ਇਸਲਾਮੀ ਮਾਹੌਲ ਨਹੀਂ ਕੋਈ ਕਿਸੇ ਟੈਲੈਂਟ ਨਹੀਂ ਤੇ ਗੱਲ ਕੀ ਹੋ ਰਹੀ ਹੈ ਭਾਈ 12 ਸਾਲਾ ਲੜਕੀ ਨੇ 13 ਸਾਲ ਲੜਕੇ ਨਾਲ ਨਿਕਾਹ ਕਰ ਲਈ ਸ਼ਾਦੀ ਕਰ ਲਈ ਪਸੰਦ ਦੀ ਸ਼ਾਦੀ ਕਰ ਹੁਣ ਇੱਕ ਗੱਲ ਆਏ ਯਾਰ ਕਰਨ ਵਾਲੀ ਭਾਈ ਉਹ ਨਸ਼ਾਦੀ ਕੀਤੀ ਹੈ ਬੇੜਾ ਬੜਾ ਤੁਸੀਂ ਉਹਨਾਂ ਦਾ ਉਹਨਾਂ ਨੂੰ ਚਾਹ ਕਿ ਹੁਣ ਟ੍ਰੈਂਡ ਬਣਾ ਰਹੇ ਮੈਂ ਇਹ ਨਹੀਂ ਆਦਾ ਬਈ ਉਹਨਾਂ ਨੂੰ ਗਲਤ ਕੀਤਾ ਨੇ ਮੈਂ ਸਿਰਫ ਇਹ ਆ ਨਾ ਭਾਈ ਇਹਨਾਂ ਦੇ ਕੰਮ ਚੈੱਕ ਕਰੋ ਵੇ ਹੋਰ ਇਹਨਾਂ ਦੇ ਕੋਲ ਟਾਪਿਕ ਵੀ ਕੋਈ ਨਹੀਂ ਦੁਨੀਆ ਦਾ ਭਾਈ ਇਤਨੀ ਸੋਹਣੀ ਸੋਹਣੀ ਆਵਾਮ ਭਾਈ ਨਾ ਇੰਟਰਵਿਊ ਲਾਓ ਆ ਕੇ ਪੰਜਾਬੀ ਸੁਣੋ ਸ਼ਾਇਰੀ ਸੁਣੋ ਵੀ ਅਸੀਂ ਰੁੱਲਦੇ ਪਏ ਹਾਂ ਇੱਥੇ ਕੱਲੇ ਕੱਲੇ ਤੇ ਜਨਾਬ ਉਹ ਇੰਟਰਵਿਊ ਚਿਕਲਨ 12 ਸਾਲਾਂ ਦੇ 13 ਸਾਲਾਂ ਦੇ ਭਾਈ ਅਸੀਂ ਜਿਹੜਾ 18 ਸਾਲਾਂ ਦੇ 20 ਸਾਲਾਂ ਦੇ ਵਧੇ ਆਏ ਐਵੇਂ ਸਾਢੇ ਤੇ ਕੋਈ ਨਹੀਂ ਕਿਸੇ ਨੂੰ ਖਿਆਲ ਸਾਨੂੰ ਵੀ ਇਤਨੀ ਆਵਾਮ ਪ੍ਰੋਟੋਕੋਲ ਦੇਂਦੀ ਇੱਥੇ ਸਾਡਾ ਕੋਈ ਆ ਕੇ ਇੰਟਰਵਿਊ ਲਾਓ ਸਾਡੇ ਇਲਾਕੇ ਤੋਂ ਜਾ ਕੇ ਵੇਖੋ ਤੁਸੀਂ ਕੀ ਕੀ ਆਵਾਮ ਭਾਈ ਬਈ ਗੱਲ ਕਰਨਾ ਮਕਸਦ ਇਹ ਥੋੜਾ ਜਿਹਾ ਹਾਸੇ ਮਜ਼ਾਕੇ ਪਾ ਕੇ ਕਿ ਕੋਈ ਸੋਸ਼ਲ ਮੀਡੀ ਗਲਤ ਜਾ ਰਹੀ ਆ ਵਾਮ ਹੁਣ ਤੁਸੀਂ ਆਖੋ ਬਈ ਤੇਰੇ ਨਾਲ ਕੋਈ ਫਾਲੋਅਰ ਹੈ ਨਾ ਕੋਈ ਸਬਸਕ੍ਰਾਈਬਰ ਹੈ ਤੂੰ ਕੀ ਕਰ ਆਪਣਾ ਹੱਕ ਅਦਾ ਕਰ ਕਿਉਂ ਕੇ ਐਫਸੀ ਦੀ ਸਪਾਂਸਰਸ਼ਿਪ ਸਾਡਾ ਜਿਹੜਾ ਨਾ ਮੁਸਲਮਾਨਾਂ ਦੀ ਤਬਾਹੀ ਹੈ ਹੁਣ ਗਾਜ਼ਾ ਦੇ ਮੁਸਲਮਾਨਾਂ ਦੇ ਖਿਲਾਫ ਤੁਸੀਂ ਕੇਐਫਸੀ ਨੂੰ ਸਪਾਂਸਰਸ਼ਿਪ ਦਿੰਦੇ ਹੋ ਉਦੋਂ ਯਹੂਦੀ ਮੁਸਲਮਾਨਾਂ ਮਰਿਆ ਦੇ ਕੋਈ ਗੱਲ ਹੈ ਕਰਨ ਵਾਲੀ ਸਹੀ ਹੈ ਇਹ ਗਲਤ ਗੱਲ ਹੈ ਮੈਂ ਇਸ ਦੇ ਖਿਲਾਫ ਹਾਂ ਤੇ ਇਹ ਦੋ ਜਨਾਬ ਇੱਕ ਐਕਟ ਪਾਸ ਕੀਤਾ ਹੈ ਕਾਜ਼ੀ ਫਾਜ਼ਿਲ ਸਾਹਿਬ ਪਤਨੀ ਕਿਹੜਾ ਹੈ जड़ा ना उज चाक पल बैठा है उस जनाब आख्या जनाब जो कादेनी ना उन्होंने उन्हें तबलीक कर दी जाए उन्होंने जड़ा ना अपना काम चलाता जाए शरेआम बै असी इस गल के बड़े खिलाफ़ हैं तो असं जनाब ना इसकी करेना खिलाफ वर्जी तो योर मजम्मत करें क्योंकि कादेनी का फिर हान का फिर हैण तो का फिर रस क्योंकि हजूर पाक सल्लाह वसलम अल्लाह पाक के आखिरी नबी हैं तो हैं तो रस तो बाकी ਕੋਈ ਹੋਰ ਨਾਂ ਦੇ ਤੋਂ ਬਗੈਰ ਨਹੀਂ ਆ ਸਕਦਾ ਤਾਂ ਨਾ ਕੋਈ ਕਿਤਾਬ ਨਾਂ ਦੇ ਲੋ ਸਕਦੀ ਹੈ ਨਾਂ ਦੇ ਤੋਂ ਬਗੈਰ ਕੁਰਾਨ ਮਜੀਦ ਅੱਲਾ ਪਾਕ ਦੀ ਆਖਰੀ ਕਿਤਾਬ ਹੈ ਇਸ ਚੀਜ਼ ਨੂੰ ਤੁਸੀਂ ਲੈਂਦੇ ਨਹੀਂ ਹੈ ਗਜ਼ਨ ਤੁਸੀਂ ਲੈਂਦੇ ਨਹੀਂ ਫਲਸਤੀਨ ਨੂੰ ਤੁਸੀਂ ਲੈਂਦੇ ਨਹੀਂ ਤੁਸੀਂ ਜਨਾਬ ਕਿਸੇ ਬਾਹਰ ਸਾਲਾਂ ਤੇ ਜੋੜਿਆਂ ਨੂੰ ਚਾਹੀਦਾ ਹੋਤਾ ਕੋਈ ਕੇਐਫਸੀ ਨੂੰ ਚਾਹੀਦਾ ਹੋਤਾ ਕੋਈ ਸਪਾਂਸਰਸ਼ਿਪ ਦੇ ਬਾਰੇ ਗੱਲ ਕਰ ਰਿਹਾ ਕੋਈ ਪੀਐਸਐਲ ਦੇ ਬਾਰੇ ਗੱਲ ਕਰ ਰਿਹਾ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਜਿਹੜੀ ਹੱਕ ਦੀ ਗੱਲ ਹੈ ਨਾ ਮੁਸਲਮਾਨਾਂ ਦੇ ਬਾਰੇ ਆਵਾਜ਼ ਉ ਪਾਕਿਸਤਾਨ ਦੇ ਬਾਰੇ ਆਵਾਜ਼ ਉਠਾਓ ਕਸ਼ਮੀਰੀਆਂ ਦੇ ਬਾਰੇ ਆਵਾਜ਼ ਉਠਾਓ ਤਾਂ ਕਿ ਪਤਾ ਲੱਗੇ ਵੀ ਗੈਰਤਮੰਦ ਮੁਸਲਮਾਨ ਹਾਲੀ ਜਾਗਦੇ ਪਣ ਵੀਡੀਓ ਨੂੰ ਸ਼ੇਅਰ ਮਾਰੋ ਕਰ ਤੁਹਾਡੇ ਕੋਲ ਵੀਡੀਓ ਨਹੀਂ ਬਣਦੀ ਕੰਟੈਂਟ ਕ੍ਰੀਏਟਰ ਉਹ ਡਰਦੇ ਹੋ ਕਿਸੇ ਤੋਂ ਤੁਸੀਂ ਮੇਰੀ ਵੀਡੀਓ ਸ਼ੇਅਰ ਮਾਰੋ ਮੇਰੀ ਵੀਡੀਓ ਤਾਂ ਪਹੁੰਚਾਓ ਅੱਛਾ ਯਾਰ ਰਿਕੁਐਸਟ ਇਹ ਕਰਿਆ ਸਾਂ ਬਈ ਤੁਸੀਂ ਜਿਹੜਾ ਨਾ ਵੀਡੀਓ ਜਾਂ ਟੌਪਿਕ ਅੱਛਾ ਲੈ ਕੇ ਆਓ ਮੈਂ ਤਕਰੀਬਨ ਯਾਰ ਮੈਂ ਗੱਲ ਕਰਨਾ ਖੁਦ ਵੀ ਮੈਂ ਟੌਪਿਕ ਤਕਰੀਬਨ ਨਾਰਮਲ ਜਿਹਾ ਚਲਾ ਰਿਹਾ ਵਲੌਗਿੰਗ ਚਲਾ ਰਿਹਾ ਉਸ ਤੋਂ ਬਾਅਦ ਕੋਈ ਥੋੜੀ ਬਹੁਤੀ ਟੌਪਿਕ ਵਾਈਜ਼ ਗੱਲ ਕਰ ਰਿਹਾ ਕੁਇ ਕਿਸਾਨਾਂ ਦੇ ਬਾਰੇ ਆਵਾਜ਼ ਉਠਾ ਰਹਿਆ ਕੋਈ ਹਕੂਮਤ ਜਨਾਬ ਜਿਹੜਾ ਨਾ ਸਹੀ ਬਣਾਉਣ ਦੀ ਆਵਾਜ਼ ਉਠਾ ਰਹਿਆ ਮਤਲਬ ਜਿਹੜੇ ਵੀ ਹੈ ਨਾ ਸੋਸ਼ਲ ਮੀਡੀਆ ਤੇ ਮਾਹੌਲ ਦੇ ਹਿਸਾਬ ਨਾਲ ਜਿਹੜੇ ਅੱਛੇ ਟ੍ਰੈਂਡਿੰਗ ਜਿਹੜੇ ਮਤਲਬ ਇਸਲਾਮ ਨੂੰ ਜਨਾਬ ਨਾ ਫਾਲੋ ਕਰ ਰਹੇ ਨੇ ਬਣਦੇ ਨੇ ਜਾ ਕੇ ਮਤਲਬ ਕੋਈ ਫੈਸ਼ ਵੀਡੀਓ ਨਹੀਂ ਜਾਂ ਕੋਈ ਜਿਹੜਾ ਕੰਟੈਂਟ ਜਿਹੜਾ ਜਨਾਬ ਮਾਸ਼ਰੇ ਦੇ ਖਿਲਾਫ ਹੋਵੇ ਮਤਲਬ ਫੈਮਿਲੀ ਵਾਈਜ਼ ਕੰਟੈਂਟ ਬਣਾ ਰਹੇ ਮੈਂ ਜਿਹੜੇ ਮੇਰਾ ਵੀਡੀਓ ਹੈ ਨਾ ਬਈ ਕੋਈ ਬੈਠਾ ਹੋਵੇ ਤਾਂ ਉਹਨੂੰ ਖਾਨਦਾਨ ਹੈ ਬੈਕ ਨਾ ਜਾਂ ਘਰ ਬੈਕ ਕੇ ਆਵਾਜ਼ ਮੱਠੀ ਨਾ ਕਰਨੀ ਪਵੇ ਵੀਡੀਓ ਐਸੀ ਹੋਵੇ ਕਿ ਕੋਈ ਹ ਤੇ ਖੁਸ਼ ਹੋਵੇ ਤਾਂ ਕਿ ਬੰਦਾ ਗੱਲ ਅੱਛੀ ਕਰ ਰਿਹਾ ਹੈ ਤੇ ਬਾਕੀ ਜਨਾਬ ਰਿਕਵੈਸਟ ਕਰੇ ਕਰੈ ਸੰਗ ਤੁਸੀਂ ਜਨਾਬ ਨਾ ਵੀਡੀਓ ਬਣਾਓ ਗਜ਼ਾ ਲੈਣ ਦੇ ਬਾਰੇ ਫਲਸਤੀਨ ਵਾਲੇ ਦੇ ਬਾਰੇ ਹਮ ਨੂੰ ਪਤਾ ਹੈ ਕਿ ਟਿਕਟੌਕ ਤੇ ਵਾਇਲੇਸ਼ਨ ਚੱਲ ਰਹੀ ਹੈ ਭਿ ਜਿਹੜਾ ਫਲਸਤੀਨ ਵਾਲਾਂ ਦੇ ਬਾਰੇ ਅਟੈਕ ਕਰਦਾ ਉਹ ਟਿਕਟੌਕ ਵੀਡੀਓ ਵਾਇਲੇਸ਼ਨ ਹੀ ਸਾੜ ਦਿੰਦੀ ਹੈ ਤੇ ਬਾਕੀ ਇਸ ਗੱਲ ਉਹ ਯਹੂਦੀ ਕਾਫਰ ਤੇ ਜਿਹੜੇ ਬਾਕੀ ਮਜ਼ਮਾ ਲੈਣ ਨਾ ਇਸਲਾਮ ਦੇ ਮੁਖਾਲਿਫ ਜਾਂ ਇਸਲਾਮ ਦੇ ਦੁਸ਼ਮਣ ਉਸ ਗੱਲੋਂ ਬੜੇ ਪੱਕੇ ਹੁਣ કોઈ ભી ઘર કમેન્ટ કરે સોના તવાડે કમેન્ટ તો વોલેશન લાગ્યા સી તવાડા કમેન્ટ ડિલીટ હો જાસી તુસાડે બારે કોઈ યહૂદી જેડે ના કોઈ ગલત કમેન્ટ કરે સન ગઝા દે બારે મુસ્લમાને દે બારે ગલત કમેન્ટ કરે સન વાહ મજા આવે જો કોઈ મુસ્લમાન રિપોર્ટ માર જાવે તા તાનુ ઓપ્શન હે ભઈ તુસે જેડી તાનુ ચીઝ ઇસ્લામ દે બારે ગલત લાગદી તુસી ઉન રિપોર્ટ કરો તુસી ઉનન ટિકટોક તે બેન કરવાઓ એ તોડા કામ મે સહી હે ઉસ તો બાદ જનાબ આજ દી વિડિયો આઈ ઓ છોટી જેઈ ਤੇ ਮੈਂ ਦੱਸਣਾ ਚਾਹੁੰਦਾ ਮੇਕ ਬਈ ਸੋਸ਼ਲ ਮੀਡੀਆ ਨੂੰ ਥੋੜਾ ਚੇਂਜ ਕਰੋ ਬਾਕੀ ਅਮਲ ਕਰਨਾ ਤੁਹਾਡਾ ਕੰਮ ਹੈ ਤੇ ਵੀਡੀਓ ਨੂੰ ਮਾਰ ਦਿਓ ਸ਼ੇਅਰ ਅਗਰ ਵੇਦੇ ਪੇ ਫੇਸਬੁੱਕ ਪੇਜ ਤੇ ਅਗਰ ਵੇਦੇ ਪੇ ਚੈਨਲ ਤੇ ਚੈਨਲ ਨੂੰ ਮਾਰ ਦਿਓ ਸਬਸਕ੍ਰਾਈਬ ਅਗਰ ਵੇਦੇ ਪੇ ਟਿਕਟੋਕ ਅਕਾਊਂਟ ਤੇ ਮੇਰਾ ਨਵਾਂ ਟਿਕਟੋਕ ਅਕਾਊਂਟ ਹੈ ਜਨਾਬੇ ਨੂੰ ਫੋਲੋ ਮਾਰ ਦਿਓ ਤੇ ਵੀਡੀਓ ਨੂੰ ਰੀਪੋਸਟ ਕਰ ਦਿਓ ਬਾਕੀ ਮਿਲਦੇ ਆ ਅਗਲੀ ਵੀਡੀਓ ਤੇ ਮਿਹਰਬਾਨੀ ਅਲਾ ਹਾਫਿਜ਼ ਬਾਏ ਬਾਏ ਜਨਾਬ